ਦੌੜ ਕੇ ਬਾਬਾ ਫਰੀਦ ਦੇ ਆ ਕੇ ਬੂਹੇ ਤੇ ਆਪ ਦੇ ਕਦਮ ਫੜ ਲਏ। ਅਰਜ਼ ਕਰਦਾ ਬਾਬਾ ਜੀ ਮਾਫੀ ਦੇ ਦਿਓ, ਨਮਕ ਨਹੀਂ ਸ਼ੱਕਰ ਸੀ। ਬਾਬਾ ਫਰੀਦ ਹੱਸ ਕੇ ਫਰਮਾਨ ਲੱਗੇ, ਜਾਓ ਜੀ ਸ਼ੱਕਰੀ ਹੋਵੇਗੀ। ਉਹਨੇ ਜਾ ਕੇ ਮੰਡੀ ਬੋਰੇ ਵੇਚ ਕੇ ਸਾਰੇ ਸ਼ੱਕਰ ਬਣ ਗਏ। ਬਾਬਾ ਫਰੀਦ ਦੇ ਕਬੇਲੀ ਨੂੰ ਪਤਾ ਲੱਗਿਆ, ਫਰਮਾਉਂਦੇ ਨੇ ਬੜਾ ਹੀ ਅਜੀਬ ਬਾਬਾ ਹੈ, ਸ਼ੱਕਰ ਦਾ ਨਮਕ ਬਣਾਈ ਜਾਂਦਾ, ਨਮਕ ਦੀ ਸ਼ੱਕਰ ਬਣਾਈ। ਪਾਕ ਪਤਨ ਦੀ ਨਗਰੀ ਦਾ ਦੂਲਾ ਚਿਸ਼ਤੀਆਂ ਦਾ ਇਮਾਮ ਹਜ਼ਰਤ ਬਾਬਾ ਫਰੀਦੋਦੀਨ ਗੰਜੇ ਸ਼ਕਰ ਰਹਿਮਤੁਲਾ ਅਲੈਹ ਕੀ ਨਾਰੇ ਲਗਾਉਂਦੇ ਹੋ, ਅੱਲਾ ਮੁਹੰਮਦ ਚਾਰ ਯਾਰ ਹਾਜੀ ਖਾਜਾ ਕੁਤਬ ਫਰੀਦ ਹੱਕ ਫਰੀਦ ਯਾ ਫਰੀਦ। ਹਜ਼ਰਤ ਬਾਬਾ ਗੰਜੇ ਸ਼ਕਰ ਲਾਹੌਰ ਗੰਜ ਬਖਸ਼ ਤੇ ਉਹ ਗੰਜੇ ਸ਼ਕਰ ਹਜ਼ਰਤ ਖਾਜਾ ਬਾਬਾ ਜੀ ਫਰੀਦੋਦੀਨ ਗੰਜੇ ਸ਼ਕਰ ਰਹਿਮਤੁਲਾ ਤਾਲਾ ਨੇ ਆਪਦੇ ਕੋਲ ਨਾ ਇੱਕ ਮਾਈ ਆਈ ਤੇ ਕਹਿਣ ਲੱਗੀ, ਮੇਰੀ ਬੇਟੀ ਦੀ ਸੁਬਾ ਸ਼ਾਦੀ ਹੈ ਤੇ ਬਾਬਾ ਜੀ ਪੈਸੇ ਕੋਈ ਨਹੀਂ ਤੇ ਕੋਈ ਅਤਾ ਕਰੋ। ਆਪ ਕੋਲ ਉਸ ਵੇਲੇ ਪੈਸੇ ਨਹੀਂ ਸਨ। ਮਾਈ ਨੂੰ ਫਰਮਾਨ ਲੱਗੇ, ਮਾਈ ਜੀ ਉਹ ਮਿੱਟੀ ਦਾ ਡੇਲਾ ਪਕੜ ਕੇ ਲਿਓ। ਮਾਈ ਮਿੱਟੀ ਦਾ ਡੇਲਾ ਲਿਆਈ ਨਾ ਤੇ ਹਜ਼ਰਤ ਬਾਬਾ ਫਰੀਦ ਨੇ ਆਪਣੀ ਤਲੀ ਉੱਤੇ ਰੱਖ ਕੇ ਨਾ ਤੇ ਫਰਮਾਉਂਦੇ ਨੇ ਲਾ ਇਲਾਹਾ ਇਲੱਲਾਹ ਮੁਹੰਮਦ ਰਸੂਲੁੱਲਾ ਕਲਮਾ ਸ਼ਰੀਫ ਪੜਿਆ ਤੇ ਫੂਕ ਮਾਰੀ ਨਾ ਤੇ ਡੇਲਾ ਮਾਈ ਨੂੰ ਪਕੜਾਇਆ। ਬਾਬੇ ਦੇ ਹੱਥਾਂ 'ਚ ਮਿੱਟੀ ਦਾ ਡੇਲਾ, ਮਾਈ ਦੇ ਹੱਥਾਂ 'ਚ ਗਿਆ ਤੇ ਸੋਨੇ ਦਾ ਡੇਲਾ। ਮਾਈ ਜਦੋਂ ਘਰ ਲੈ ਕੇ ਗਈ ਤੇ ਮਾਈ ਨੂੰ ਖਿਆਲ ਆਇਆ, ਇਹ ਬਾਬੇ ਨੇ ਮਿੱਟੀ ਨੂੰ ਕਲਮਾ ਪੜ੍ਹ ਕੇ ਫੂਕ ਮਾਰੀ ਸੀ ਤੇ ਮੈਂ ਵੀ ਨਾ ਮਾਰਾਂ। ਮਾਈ ਮਿੱਟੀ ਦਾ ਡੇਲੇ ਰੱਖ ਕੇ ਨਾ ਇਹ ਢੇਰ ਲਗਾ ਲਿਆ ਤੇ ਮਾਈ ਕਲਮਾ ਪੜ੍ਹ ਪੜ੍ਹ ਸਾਰੀ ਰਾਤ ਫੂਕਾ ਮਾਰਦੀ ਰਹੀ। ਸਵੇਰੇ ਉੱਠੀ ਤੇ ਡੇਲੇ ਡੇਲੇ ਰਹੇ। ਮਾਈ ਆ ਕੇ ਹਜ਼ਰਤ ਬਾਬਾ ਫਰੀਦ ਨੂੰ ਕਹਿਣ ਲੱਗੀ, ਕਲਮਾ ਤੂੰ ਵੀ ਉਸੇ ਨਬੀ ਦਾ ਪੜਿਆ ਤੇ ਕਲਮਾ ਮੈਂ ਵੀ ਉਸੇ ਨਬੀ ਦਾ ਪੜਿਆ ਤੇ ਬਾਬਾ ਤੂੰ ਕਲਮਾ ਪੜ੍ਹ ਕੇ ਫੂਕ ਮਾਰੀ ਤੇ ਜ਼ਮੀਨ ਤੇ ਮਿੱਟੀ ਦੇ ਡੇਲੇ ਨੂੰ ਸੋਹਣਾ ਬਣਾ ਦਿੱਤਾ। ਮੈਂ ਸਾਰੀ ਰਾਤ ਕਲਮਾ ਪੜ੍ਹਿਆ, ਕੋਈ ਇੱਕ ਡੇਲਾ ਵੀ ਸੋਹਣੇ ਦਾ ਨਹੀਂ ਬਣਿਆ। ਬਾਬਾ ਫਰੀਦ ਫਰਮਾਉਂਦੇ ਨੇ, ਕਲਮਾ ਪੜ੍ਹਨਾ ਹੋਵੇ ਤੇ ਜ਼ੁਬਾਨ ਵੀ ਤੇ ਫਰੀਦ ਦੀ ਚਾਹੀਦੀ ਹੈ ਨਾ। ਨਾਲ ਮਾਈ ਨੂੰ ਫਰਮਾਨ ਲੱਗੇ, ਅਸੀਂ ਅੱਲਾ ਦੇ ਵਲੀ ਕੋ ਮਿੱਟੀਆਂ ਨੂੰ ਸੋਹਣੇ ਬਣਾਉਣ ਨਹੀਂ ਆਏ। ਫਰਮਾਉਂਦੇ ਨੇ ਮੈਂ ਸੋਹਣਾ ਬਣਾ ਕੇ ਮਿੱਟੀ ਨੂੰ ਅਸਲ 'ਚ ਦੱਸਣਾ ਚਾਹੁੰਦਾ, ਜੇ ਮਿੱਟੀ ਆ ਜਾਏ ਵਲੀ ਦੇ ਖੁਰ ਵਿੱਚ ਤੇ ਉਹ ਸੋਹਣਾ ਬਣ ਜਾਂਦੀ ਹੈ ਤੇ ਬੰਦਿਆ ਤੂੰ ਵੀ ਤੇ ਮਿੱਟੀ ਦਾ ਹੀ ਬਣਿਆ। ਆਹ ਕਿਸੇ ਅੱਲਾ ਵਾਲੇ ਦੇ ਬੂਹੇ ਤੇ ਤੇਰੇ ਸਾਰੇ ਜ਼ੰਗਾਰ ਕੱਢ ਕੇ ਤੇ ਮੈਲਾਂ ਕੱਢ ਕੇ ਤੈਨੂੰ ਸੋਹਣਾ ਬਣਾ ਦੇਵੇ, ਕਦੇ ਆ ਤੇ ਸਹੀ ਕਿਸੇ ਅੱਲਾ ਵਾਲੇ ਦੇ ਬੂਹੇ ਤੇ ਹੱਥ 'ਚ ਹੱਥ ਤੇ ਫਿਰ ਵੇਖ ਤੈਨੂੰ ਸੋਹਣਾ ਬਣਾਉਂਦਾ। ਉਹ ਯਾਰ ਮਿੱਟੀ 100 ਸਾਲ ਪਈ ਰਵੇ ਤੇ ਉਹ ਮਿੱਟੀ ਰਹਿੰਦੀ ਹੈ, ਪਰ ਜਿਸ ਦਿਨ ਲੱਗ ਜਾਏ ਨਾ ਘੁਮਿਆਰ ਦੇ ਹੱਥ ਉਹ ਫਿਰ ਕਦੇ ਪਿਆਲਾ ਬਣਾ ਲੈਂਦਾ, ਕਦੇ ਹਾਂਡੀ ਬਣਾ ਲੈਂਦਾ, ਕਿੱਡੇ ਏਡੇ ਸੋਹਣੇ ਬਰਤਨ ਬਣਾਉਂਦਾ। ਪਤਾ ਲੱਗਿਆ ਹੈ ਤੇ ਮਿੱਟੀ, ਪਰ ਜਿਸ ਦਿਨ ਲੱਗੇ ਨਾ ਕਾਰੀਗਰ ਦੇ ਹੱਥ ਸੋਹਣਾ ਉਦੋਂ ਬਣਦਾ ਹੈ ਤੇ ਤੂੰ ਵੀ ਮਿੱਟੀ ਬੰਦਿਆ, ਪਰ ਕਦੇ ਕਿਸੇ ਲੱਗੇ ਨਾ ਕਾਰੀਗਰ ਦੇ ਹੱਥ ਫਿਰ ਵੇਖ ਕੇ ਤੈਨੂੰ ਤਰਾਸ਼ ਕੇ ਕਿਹੜੀ ਸੋਹਣੀ ਚੀਜ਼ ਬਣਾ ਦਿੰਦਾ, ਪਰ ਹੱਥ ਤੇ ਕਿਸੇ ਬਲੀ ਦੇ ਲੱਗਣਾ ਐਵੇਂ ਨੀ। ਮੀਆਂ ਸਾਹਿਬ ਰਹਿਮਤੁਲਾ ਅਲੈਹ ਫਰਮਾਉਂਦੇ ਆ ਫਰਮਾਉਂਦੇ ਨੇ, ਕਲਬ ਮੇਰੇ ਤੇ ਆਏ ਚੰਦਰਾ ਵਜੇ ਲੋ ਲਗੇ ਦਿਲ ਮੇਰੇ
ਨਾਰੇ ਤਕਬੀਰ, ਨਾਰੇ ਰਿਸਾਲਤ, ਨਾਰੇ ਰਿਸਾਲਤ, ਅੱਲਾ ਮੁਹੰਮਦ ਚਾਰ ਯਾਰ। ਕੌਣ ਕੌਣ ਬੋਲੇਗਾ ਫਰੀਦ ਕਾ ਨਾਮ, ਜੋ ਬੋਲੇਗਾ ਜਰਾ, ਜੋ ਫਰੀਦ ਸੇ ਖੈਰਾਤ ਲੈਣਾ ਚਾਹਤਾ ਹੈ, ਦੋਨੋਂ ਹਾਥ ਫਰੀਦ ਕੇ ਨਾਮ ਪੇ ਬੋਲੇ, ਕੋਈ ਹਾਥ ਨੀਚੇ ਨਾ ਰਹੇ, ਫਰੀਦ ਕਾ ਨੁਕਤਾ ਬੋਲੇ, ਅੱਲਾ ਮੁਹੰਮਦ ਚਾਰ ਯਾਰ, ਹਾਜੀ ਖਾਜਾ ਕੁਤਬ ਫਰੀਦ, ਨਾਰਾਏ ਹੈਦਰੀ, ਨਾਰਾਏ ਹੈਦਰੀ, ਅਬਲੋ ਜੀਵੇ ਜੀਵੇ, ਚੂਰੇ ਵਾਲਾ, ਚੂਰੇ ਵਾਲੇ ਕੇ ਨਾਮ ਪੇ ਉਠਾਓ ਹਾਥ, ਦੋਨੋਂ ਹਾਥ ਸੀਨੇ ਬੋਲੇ, ਨਾ ਨਾ ਉਠਾਈਏ ਜਰਾ, ਸ਼ਹਿਨਸ਼ਾਹ ਚੂਰਾ ਸ਼ਰੀਫ, ਪੀਰ ਸੈਯਦ ਕਬੀਰ ਅਲੀ ਸ਼ਾਹ, ਫਖਰੁ ਸਦਾ ਸੇ ਜੋ ਨਿਗਾਹ ਲੈਣਾ ਚਾਹਤਾ ਹੈ, ਦੋਨੋਂ ਹਾਥ ਉਠਾ ਕੇ ਬੋਲੋ, ਜੀਵੇ ਜੀਵੇ ਚੂਰੇ ਵਾਲਾ, ਜੀਵੇ 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 ਜੀਵੇ, ਆਸਥਾਨਾ ਲਿਆ ਚੂਰਾ ਸ਼ਰੀਫ। ਬਾਬਾ ਫਰੀਦ ਦੇ ਦੋ ਮੁਰੀਦ ਆਏ ਤੇ ਉਹਨਾਂ ਨੇ ਅਰਜ਼ ਕੀਤੀ, ਬਾਬਾ ਜੀ ਆ ਜਿਹੜਾ ਜ਼ਮੀਨ ਦਾ ਕਿੱਲਾ ਨਾ, ਇਹ ਅਸੀਂ ਤੁਹਾਡੇ ਨਾਲ ਲਗਾ ਦਿੱਤਾ, ਇਹ ਡੇਰੇ ਵਾਸਤੇ ਲੰਗਰ ਇਹਦਾ ਮੁਰੀਦਾਂ ਵਾਸਤੇ। ਬਾਬਾ ਜੀ ਚੰਦ ਦਿਨ ਬਾਅਦ ਕਬਜ਼ਾ ਗਰੁੱਪ ਵਾਲੇ ਆ ਗਏ, ਤੁਹਾਡੇ ਲਾਹੌਰ ਤੇ ਕਬਜ਼ਾ ਗਰੁੱਪ ਵਾਲੇ ਨਹੀਂ ਨਾ ਆਉਂਦੇ, ਬਾਹਰ ਬੜੇ ਆਉਂਦੇ ਨੇ, ਯਕੀਨ ਕਰੋ। ਕਿਉਂ ਭਾਈ ਅਰਿਸ਼ ਬਾਦ ਵੱਟੀ, ਇਹ ਪ੍ਰਾਪਰਟੀ ਦਾ ਕੰਮ ਕਰਦੇ ਨੂੰ ਤਾਂ ਵਧੇਰਾ ਪਤਾ ਹੋਣਾ। ਕਬਜ਼ਾ ਗਰੁੱਪ ਵਾਲੇ ਆ ਗਏ ਤੇ ਕਹਿਣ ਲੱਗੇ, ਬਾਬਾ ਜੀ ਇਹ ਜ਼ਮੀਨ ਸਾਡੀ ਹੈ। ਆਪਨੇ ਫਰਮਾਇਆ, ਭਾਈ ਮੁਰੀਦਾਂ ਨੇ ਮੈਨੂੰ ਤੋਹਫਾ ਪੇਸ਼ ਕੀਤਾ, ਨਜ਼ਰਾਨਾ ਤੇ ਹਦੀਆ ਪੇਸ਼ ਕੀਤੇ। ਉਹਨਾਂ ਆਖਿਆ, ਬਾਬਾ ਜੀ ਅਸੀਂ ਤੁਹਾਡੇ ਨਾ ਅਦਾਲਤ ਵਿੱਚ ਕੇਸ ਕਰਾਂਗੇ। ਆਪਨੇ ਫਰਮਾਇਆ, ਕਰੋ। ਕਾਜ਼ੀ ਦੀ ਅਦਾਲਤ ਵਿੱਚ ਮੁਕੱਦਮਾ ਪੇਸ਼ ਕੀਤਾ ਗਿਆ। ਬਾਬਾ ਜੀ ਨੂੰ ਜਦੋਂ ਕਾਜ਼ੀ ਨੇ ਬੁਲਾਇਆ ਨਾ ਅਦਾਲਤ ਵਿੱਚ, ਤੇ ਕਾਜ਼ੀ ਬਾਬਾ ਫਰੀਦ ਨੂੰ ਪੁੱਛਦਾ, ਬਾਬਾ ਇਹ ਜ਼ਮੀਨ ਕਿਹਦੀ ਹੈ? ਤੇ ਬਾਬਾ ਜੀ ਕੁਰਾਨ ਪੜ੍ਹਨ ਲੱਗ ਪਏ, ਬੋਲੇ ਨਹੀਂ ਸੁਭਾਨ ਅੱਲਾ। ਆਪਨੇ ਫਰਮਾਇਆ, ਕੁਰਾਨ ਤੇ ਕਹਿੰਦਾ ਅੰਨਲ ਅਰਦਾ ਯਾਰੀ ਸੁਹਾ ਇਬਾਦੀ ਸਾਲਿਹੁਣ, ਅੱਲਾ ਤੇ ਕਹਿੰਦਾ ਜ਼ਮੀਨ ਵਾਲੀਆਂ ਦੀ ਹੈ। ਉਹਨੇ ਆਖਿਆ, ਬਾਬਾ ਜੀ ਕੋਈ ਰਜਿਸਟਰੀ, ਕੋਈ ਕਾਗਜ਼ਾਤ, ਕੋਈ ਇੰਤਕਾਲ? ਫਰਮਾਇਆ, ਮੈਨੂੰ ਤੇ ਮੁਰੀਦਾਂ ਨੇ ਦਿੱਤੀ ਹੈ, ਰਜਿਸਟਰੀ ਕਾਗਜ਼ ਤੇ ਕੋਈ ਨਹੀਂ। ਤੇ ਕਾਜ਼ੀ ਕਹਿਣ ਲੱਗਾ, ਬਾਬਾ ਜ਼ਮੀਨ ਫਿਰ ਤੇਰੀ ਤੇ ਨਾ ਨਾ ਹੋਈ। ਤੇ ਬਾਬਾ ਫਰੀਦ ਫਰਮਾਨ ਲੱਗੇ, ਕਾਜ਼ੀ ਸਾਹਿਬ ਫਿਰ ਰਜਿਸਟਰੀਆਂ ਕੀ ਕਰਨੀਆਂ? ਆ ਜਾਓ ਜ਼ਮੀਨ ਕੋਲ ਪੁੱਛ ਲੈਨੇ ਆ ਤੂੰ ਕਿਹਦੀ ਹੈ। ਬਾਬਾ ਕਹਿਣ ਲੱਗਾ, ਕਾਜ਼ੀ ਕਹਿੰਦਾ, ਬਾਬਾ ਕਦੇ ਜ਼ਮੀਨਾਂ ਵੀ ਬੋਲੀਆਂ? ਫਰਮਾਇਆ, ਲੋਕਾਂ ਦੀ ਨਹੀਂ ਬੋਲਦੀ, ਫਰੀਦ ਦੀ ਹੋਵੇ ਬੋਲ ਪੈਂਦੀ ਹੈ। ਵਕਤ ਮੁਕਰਰ ਹੋ ਗਿਆ, ਨੌਜਵਾਨੋ ਕਾਜ਼ੀ ਕਬਲਾ ਗਰੁੱਪ ਵਾਲਿਆਂ ਨਾਲ ਆ ਗਿਆ। ਬਾਬਾ ਫਰੀਦ ਮਰੀਦਾਂ ਨੂੰ ਲੈ ਕੇ ਆ ਕੇ ਪੈਲੀ ਦੇ ਬੰਨੇ ਤੇ ਖਲੋ ਗਏ। ਕਾਜ਼ੀ ਵੱਲ ਵੇਖ ਕੇ ਬਾਬਾ ਫਰੀਦ ਫਰਮਾਉਂਦੇ ਨੇ, ਪੁੱਛ ਜ਼ਮੀਨ ਕਿਹਦੀ ਹੈ? ਕਾਜ਼ੀ ਜ਼ਮੀਨ ਵੱਲ ਵੇਖ ਕੇ ਕਹਿਣ ਲੱਗਾ, ਜ਼ਮੀਨ ਦੁਖੀ ਹੈ। ਜ਼ਮੀਨ ਦੇ ਜ਼ਰਰੇ ਜ਼ਰਰੇ ਜੇ ਆਵਾਜ਼ ਆਈ, ਉਹ ਕਾਜ਼ੀ ਅੱਖਾਂ ਦੇ ਆਇਆਂ ਨੇ ਆਪ ਲੇਖੇ ਚ ਨਾ ਰਹਿ ਗਈ। ਇਹ ਦੁਨੀਆ ਦੀ ਜ਼ਮੀਨ ਵੀ ਫਰੀਦ ਦੀ ਹੈ, ਉਹ ਜੰਨਤ ਦੀ ਜ਼ਮੀਨ ਵੀ ਫਰੀਦ ਦੀ। ਆਪਣੇ ਆਪਣੇ ਮੁਰਸ਼ਿਦ ਦਾ ਤਸੱਵਰ ਕਰਕੇ ਬੋਲੋ ਸੁਭਾਨ ਅੱਲਾ। ਅਜੇ ਤੇ ਮੈਂ ਸਿਰਫ ਲਫ਼ਜ਼ੇ ਵਲੀ ਦੇ ਇੱਕ ਤਰਜਮੇ ਤੇ ਗੁਫ਼ਤਗੂ ਕਰ ਰਿਹਾ, ਵਾਰਿਸ 18 ਤਰਜਮੇ ਨੇ ਲਫ਼ਜ਼ੇ ਵਲੀ ਦੇ।
ਕਿੰਨੇ 18 ਤਕਰੀਰਾਂ ਬੰਦੀਆਂ ਅੱਜ ਮੈਂ 18 ਮਹੀਨੇ ਤੇ ਗੁਫ਼ਤਗੂ ਕਰਾਂ ਮਿਸ਼ਕਾਤ ਸ਼ਰੀਫ ਦੇ ਹਾਸ਼ੀਏ ਦੇ ਅੰਦਰ ਮਿਰਕਾਤ ਸ਼ਰੀਫ ਦੇ ਅੰਦਰ 18 ਮੁੱਲਾ ਅਲੀ ਕਾਰੀ ਰਹਿਮਤੁਲਾਹ ਅਲੈਹ ਨੇ ਲਖਦੇ ਬਲੀ ਦੇ ਮਾਨੇ ਲਿਖੇ ਨੇ 1.5 ਦਰਜਨ ਮੈਂ ਜੇ ਇੱਕ ਤੇ ਗੁਫ਼ਤਗੂ ਸ਼ੁਰੂ ਕੀਤੀ ਹੈ ਕਿ ਇਹ ਵਾਰਿਸ ਹੁੰਦੇ ਨੇ ਗ੍ਰਾਮੀ ਕਾਦਰ ਵਾਰ ਹਜ਼ਰਤ ਬਾਬਾ ਫਰੀਦ ਨਾ ਇੱਕ ਦਿਨ ਸ਼ੱਕਰ ਬੜੀ ਪਸੰਦ ਸੀ ਨਾ ਬਾਬੇ ਨੂੰ ਇੰਨੀ ਪਸੰਦ ਹੈ ਅੱਜ ਵੀ ਜਿਹੜਾ ਬਾਬੇ ਨੂੰ ਮਿਲਣ ਜਾਵੇ ਬਾਬਾ ਨੂੰ ਸ਼ੱਕਰ ਦਾ ਹੀ ਲੰਗਰ ਦੇ ਕੇ ਭੇਜਦਾ ਹੈ ਕਿਸੇ ਦੇ ਘਰ ਕੋਈ ਸ਼ੱਕਰ ਭੇਜੇ ਤੇ ਉਹ ਕਹਿੰਦਾ ਤੂੰ ਬਾਬੇ ਫਰੀਦ ਦੇ ਦਰਬਾਰ ਤੋਂ ਆਇਆ ਉੱਥੇ ਅੱਜ ਵੀ ਜਾ ਕੇ ਦੇਖੋ ਹਰ ਪਾਸੇ ਸ਼ੱਕਰ ਅੱਜ ਮੈਂ ਬਾਬਾ ਕਾਵਾਂ ਵਾਲੀ ਸਰਕਾਰ ਟੁੱਟ ਜਾਏ ਨਾ ਗੁਜਰਾਤ ਤੇ ਹਰ ਪਾਸੇ ਕਾਂ ਹੀ ਕਾਂ ਨਜ਼ਰ ਆਉਂਦੇ ਨੇ ਬਾਬਾ ਜੀ ਕਵਿਆਂ ਨਾਲ ਪਿਆਰ ਕਰਦੇ ਸਨ ਕਾਵਾਂ ਨਾਲ ਕਿਸੇ ਆਖਿਆ ਹਜ਼ੂਰ ਕੋਈ ਤੋਤਾ ਪਾਲਦਾ ਕੋਈ ਕਬੂਤਰ ਪਾਲਦਾ ਕੋਈ ਮੋਰ ਪਾਲਦਾ ਕੋਈ ਚਿੜੀਆ ਪਾਲਦਾ ਇੱਕ ਕਾਲਾ ਜਿਹਾ ਕਾਂ ਇਹਦੇ ਨਾਲ ਵੀ ਕਦੇ ਕਿਸੇ ਪਿਆਰ ਕੀਤਾ ਤੁਸੀਂ ਕਾਂ ਪਾਲਦੇ ਹੋ ਅੱਜ ਵੀ ਆਪ ਦੇ ਮਿਜ਼ਾਰ ਤੇ ਗੁਜਰਾਤ ਚਲੇ ਜੋ ਹਰ ਪਾਸੇ ਕੱਵੇ ਨਜ਼ਰ ਆਵਣਗੇ ਹਰ ਪਾਸੇ ਦਰਬਾਰਾਂ ਤੇ ਕਬੂਤਰ ਹੁੰਦੇ ਨੇ ਉੱਥੇ ਕੱਵੇ ਹੁੰਦੇ ਨੇ ਬਾਬਾ ਕਾਵਾਂ ਵਾਲੀ ਹਜ਼ਰਤ ਬਾਬਾ ਕਰਮਦੀਨ ਸਰਕਾਰ ਕਰਮ ਇਲਾਹੀ ਸਰਕਾਰ ਅਲਮਰੂ ਬਾਬਾ ਕਾਵਾਂ ਵਾਲੀ ਪੁੱਛਿਆ ਹਜ਼ੂਰ ਕਾਂ ਕਿਉਂ ਪਾਲਦੇ ਹੋ ਇਹਨਾਂ ਨਾਲ ਕਿਉਂ ਪਿਆਰ ਕਰਦੇ ਹੋ ਆਪਨੇ ਫਰਮਾਇਆ ਮੈਂ ਸੁਣਿਆ ਕੱਵੇ ਦੀ ਉਮਰ ਬੜੀ ਲੰਬੀ ਹੁੰਦੀ ਹੈ ਕਿਤਾਬਾਂ 'ਚ ਲਿਖਿਆ ਇੱਕ ਕਾਂ ਦੀ ਉਮਰ 500-500 ਸਾਲ ਵੀ ਹੁੰਦੀ ਹੈ 1000 ਸਾਲ ਵੀ ਕੱਵੇ ਦੀ ਉਮਰ ਹੁੰਦੀ ਹੈ ਇੱਕ ਕੌਵਾ ਜਦੋਂ ਮਰਦਾ ਹਾਦਸਾਤੀ ਮੌਤ ਮਰਦਾ ਤਬਈ ਮੌਤ ਕਦੀ ਕਿਸੇ ਨੇ ਨਹੀਂ ਵੇਖਿਆ ਹੋਵੇਗਾ ਇਹਨੂੰ ਮਰਦਿਆਂ ਇਹ ਜਾਂ ਤੇ ਕਿਸੇ ਤੂਫਾਨ ਤੇ ਆਂਧੀ ਨਾਲ ਦੀਵਾਰ ਨਾਲ ਟਕਰਾ ਕੇ ਮਰ ਜਾਏ ਕਿਸੇ ਬਿਜਲੀ ਦੀ ਤਾਰ ਨਾਲ ਲੱਗ ਕੇ ਮਰ ਜਾਏ ਐਕਸੀਡੈਂਟ ਨਾਲ ਮਰ ਜਾਏ ਕੌਵਾ ਤਬਈ ਮੌਤ ਮਰਦਾ ਕੋਈ ਨਹੀਂ ਵੇਖਦਾ ਹਯਾਤੁਲ ਹਯਵਾਨ ਦੇ ਅੰਦਰ ਅਲਾਮਾ ਦਮੀਰੀ ਰਹਿਮਤੁਲਾਹ ਅਲੈਹ ਨੇ ਵੀ ਲਿਖਿਆ ਔਰ ਅਜਾਇਬੁਲ ਮਖਲੂਕਾਤ ਦੇ ਅੰਦਰ ਵੀ ਲਿਖਿਆ ਕਿ ਕੱਵੇ ਦੀ ਉਮਰ ਤਕਰੀਬਨ 500-500 ਸਾਲ ਹੁੰਦੀ ਹੈ ਹਜ਼ਰਤ ਬਾਬਾ ਕਾਮਾ ਵਾਲੀ ਸਰਕਾਰ ਨੇ ਫਰਮਾਇਆ ਮੈਂ ਸੁਣਿਆ ਕੱਵੇ ਦੀ ਉਮਰ ਬੜੀ ਲੰਬੀ ਹੁੰਦੀ ਹੈ ਫਰਮਾਇਆ ਮੈਂ ਇਹਨਾਂ ਨਾਲ ਪਿਆਰ ਇਸ ਵਾਸਤੇ ਕਰਨਾ ਮੇਰੇ ਬਨੇਰੇ ਤੇ ਕੱਵੇ ਬੈਠੇ ਰਹਿਣ ਤੇ ਹੋ ਸਕਦਾ ਮੇਰੇ ਬਨੇਰੇ ਤੇ ਕਿਸੇ ਦਿਨ ਉਹ ਵੀ ਕਾਂ ਆ ਕੇ ਬੈਠ ਜਾਵੇ ਜਿਹਨੇ ਕਮਲੀ ਵਾਲੇ ਨੂੰ ਵੇਖਿਆ ਹੋਵੇ ਉਹ ਬਜ਼ੁਰਗਾਂ ਦੇ ਹਰ ਕੰਮ ਵਿੱਚ ਰਮਜ਼ ਹੁੰਦੀ ਹੈ ਬਾਬਾ ਜੀ ਸ਼ੱਕਰ ਨਾਲ ਪਿਆਰ ਕਰਦੇ ਅੱਜ ਵੀ ਦਰਬਾਰ ਤੇ ਹਰ ਪਾਸੇ ਸ਼ੱਕਰ ਹੈ ਇੱਕ ਤਾਜਰ ਜਾ ਰਿਹਾ ਸ਼ੱਕਰ ਦਾ ਨਾ ਬੋਰੀਆਂ ਭਰ ਕੇ ਤੇ ਮੰਡੀ ਵੇਚਣ ਵਾਸਤੇ ਬਾਬਾ ਜੀ ਨੂੰ ਸ਼ੱਕਰ ਦੀ ਖੁਸ਼ਬੂ ਆਈ ਤੇ ਕਰੀਬ ਆ ਕੇ ਫਰਮਾਉਂਦੇ ਨੇ ਇਹ ਬੋਰੀਆਂ 'ਚ ਕੀ ਹੈ ਉਹਨੂੰ ਪਤਾ ਸੀ ਕਿ ਬਾਬਾ ਜੀ ਨੂੰ ਸ਼ੱਕਰ ਬੜੀ ਪਸੰਦ ਹੈ ਤੇ ਮੈਂ ਹੋ ਗਿਆ ਮੰਡੀ ਲੇਟ ਤੇ ਜੇ ਮੈਂ ਦੱਸਿਆ ਸ਼ੱਕਰ ਹੈ ਤੇ ਬਾਬਾ ਜੀ ਨੇ ਕਹਿਣਾ ਖਿਲਾਓ ਤੇ ਮੈਂ ਲੇਟ ਹੋ ਜਾਣਾ ਉਹ ਕਹਿਣ ਲੱਗਾ ਬਾਬਾ ਜੀ ਇਹ ਨਮਕ ਹੈ ਕੀ ਹੈ ਥੋੜਾ ਹੋਰ ਅਗਲਾ ਬੋਲੋ ਤੁਹਾਨੂੰ ਨਜ਼ਰ ਨਾ ਲੱਗ ਜਾਏ ਇਹ ਕੀ ਹੈ ਨਮਕ ਤੇ ਬਾਬਾ ਫਰੀਦ ਫਰਮਾਉਂਦੇ ਨੇ ਚਲੋ ਜੀ ਨਮਕ ਹੀ ਹੋਵੇਗਾ ਉਹਨੇ ਜਾ ਕੇ ਜਦੋਂ ਮੰਡੀ ਬੋਰੇ ਖੋਲੇ ਤੇ ਸਾਰਾ ਹੀ ਨਮਕ ਉਹਨੇ ਵੇਖਿਆ ਤੇ ਲੱਖਾਂ ਦਾ ਨੁਕਸਾਨ ਹੋ ਗਿਆ ਦੌੜ ਕੇ ਬਾਬਾ ਫਰੀਦ ਆ ਕੇ ਬੂਹੇ ਤੇ ਆਪ ਦੇ ਕਦਮ ਫੜ ਲਏ ਅਰਜ਼ ਕਰਦਾ ਬਾਬਾ ਜੀ ਮਾਫੀ ਦੇ ਦਿਓ ਨਮਕ ਨਹੀਂ ਸ਼ੱਕਰ ਸੀ ਬਾਬਾ ਫਰੀਦ ਹੱਸ ਕੇ ਫਰਮਾਨ ਲੱਗੇ ਜਾਓ ਜੀ ਸ਼ੱਕਰੀ ਹੋਵੇਗੀ ਉਹਨੇ ਜਾ ਕੇ ਮੰਡੀ ਬੋਰੇ ਵੇਖੇ ਸਾਰੇ ਸ਼ੱਕਰ ਬਣ ਗਏ ਬਾਬਾ ਫਰੀਦ ਦੇ ਕਬੇਲੀ ਨੂੰ ਪਤਾ ਲੱਗਿਆ ਫਰਮਾਉਂਦੇ ਨੇ ਬੜਾ ਹੀ ਅਜੀਬ ਬਾਬਾ ਹੈ ਸ਼ੱਕਰ ਦਾ ਨਮਕ ਬਣਾਈ ਜਾਂਦਾ ਹੈ ਨਮਕ ਦੀ ਸ਼ੱਕਰ ਬਣਾਈ ਭਾਈ ਰੱਬ ਜਦੋਂ ਬਾਬੇ ਨੂੰ ਅੱਲਾ ਨੇ ਵਾਰਸ ਜੂ ਬਣਾ ਕੇ ਭੇਜਿਆ
ਤੇ ਜੋ ਮਰਜ਼ੀ ਬਣਾ ਦੇਵੇ, ਕਿਉਂਕਿ ਉਹਦਾ ਵਾਅਦਾ ਲਹੁਮਾ ਯਸ਼ਾ ਉਨਾ ਇੰਦਾ ਰੱਬਿਹਿਮ ਜ਼ਾਲਿਕਾ ਜਜ਼ਾਉਲ ਮੁਹਸਿਨੀਨ। ਅੱਲਾ ਫਰਮਾਂਦਾ ਇਹ ਜੋ ਚਾਹਣ ਅੱਲਾ ਇਹਨਾਂ ਨੂੰ ਉਹ ਹੀ ਦਿੰਦਾ ਹੈ। ਕਿਉਂਕਿ ਅੱਲਾ ਫਰਮਾਂਦਾ ਜਿਵੇਂ ਮੈਂ ਕਹਿੰਦਾ ਉਵੇਂ ਤੂੰ ਕਰੀ ਜਾ, ਫਿਰ ਜਿਵੇਂ ਤੂੰ ਆਖੇਗਾ ਉਵੇਂ ਮੈਂ ਕਰੀ ਜਾਵਾਂਗਾ, ਪਰ ਪਹਿਲੇ ਉਹ ਕਰ ਜੋ ਮੈਂ ਕਹਿੰਦਾ। ਇਹ ਮੈਨੂੰ ਮੀਆਂ ਸਾਹਿਬ ਨੇ ਪਰਚੀ ਭੇਜੀ ਹੈ ਕਿ ਚੂਰਾ ਸ਼ਰੀਫ ਦਾ ਅਤੇ ਅਲੀਪੁਰ ਸ਼ਹੀਦਾਂ ਦੀ ਵੀ ਕੋਈ ਗੱਲ ਸੁਣਾ ਦਿਓ। ਤੂੰ ਸਰ ਸੁਭਾਨ ਅੱਲਾ ਨਾ ਵੀ ਆਖੀ ਸੁਣਾ ਕੇ ਮੈਂ ਫਿਰ ਵੀ ਜਾਣੀ ਹੈ, ਕਿਉਂਕਿ ਜੋ ਕਿਸੇ ਦਾ ਆਸ਼ਿਕ ਹੋਵੇ ਗੱਲ ਉਸੇ ਦੀ ਕਰਦਾ। ਅਤੇ ਮੇਰਾ ਤਾਂ ਲੰਗਰ ਮਦੀਨਾ ਸ਼ਰੀਫ ਤੋਂ ਬਰਾਸਤਾ ਚੂਰਾ ਸ਼ਰੀਫ ਆਉਂਦਾ, ਅਤੇ ਮੈਂ ਤਾਂ ਚੂਰਾ ਸ਼ਰੀਫ ਦੀ ਗੱਲ ਨਾ ਕਰਾਂ, ਮੇਰਾ ਤਾਂ ਗੁਜ਼ਾਰਾ ਹੀ ਨਹੀਂ ਆਉਂਦਾ ਬਾਈ। ਤੋ ਚੂਰਾ ਸ਼ਰੀਫ ਜ਼ਮੀਨ ਦੀ ਵਿਰਾਸਤ ਦੀ ਗੱਲ ਤੁਰੀ ਸੀ, ਤੇ ਪਹਿਲੇ ਇਹ ਸੁਣਾ ਲਈ। ਹਜ਼ਰਤ ਬਾਬਾ ਜੀ ਸਰਕਾਰ, ਬਾਬਾ ਜੀ ਤਾਜਦਾਰ ਚੂਰਾ ਸ਼ਰੀਫ, ਫਕਰੇ ਮੁਹੰਮਦੀ ਦਸ਼ਨ ਚ ਹਜ਼ਰਤ ਬਾਬਾ ਜੀ ਪੀਰ ਸੈਯਦ ਫਕੀਰ ਮੁਹੰਮਦ ਸ਼ਾਹ ਗਿਲਾਨੀ ਚੂਰਾ ਰਹਿਮਤੁਲਾਹ ਅਲੈਹ, ਆਪ ਕੋਹਾਟ ਦੇ ਤਬਲੀਗੀ ਦੌਰੇ ਤੇ ਗਏ ਤੇ ਦਰਿਆਏ ਅਟਕ ਦੇ ਕਿਨਾਰੇ ਤੇ ਇੱਕ ਗਾਉਂ ਚ ਠਹਿਰੇ। ਨਮਾਜ਼ ਅਸਰ ਦਾ ਵੇਲਾ, ਆਪ ਦੀ ਆਦਤ ਮੁਬਾਰਕਾ ਸੀ ਕਿ ਆਪ ਨਮਾਜ਼ ਖੁਦ ਨਹੀਂ ਸਨ ਪੜ੍ਹਾਉਂਦੇ, ਕਾਫਲੇ 'ਚ ਜਿਹੜਾ ਆਲਮੇ ਦੀਨ ਆਉਂਦਾ ਸੀ ਉਹਨੂੰ ਫਰਮਾਉਂਦੇ ਸਨ ਤੁਸੀਂ ਨਮਾਜ਼ ਪੜ੍ਹਾਓ। ਉਸ ਗਾਓਂ ਦੇ ਅੰਦਰ ਕੋਈ ਮੌਲਵੀ ਸਾਹਿਬ ਸਨ ਤੇ ਉਹ ਆ ਕੇ ਨਾ ਤੇ ਬਾਬਾ ਜੀ ਸਰਕਾਰ ਨੂੰ ਫਰਮਾਉਂਦੇ ਨੇ, ਇਹ ਤੁਸੀਂ ਕਹਿੰਦੇ ਹੋ ਕਿ ਨਬੀ ਪਾਕ ਮਿਹਰਾਜ ਕਰਨ ਗਏ ਤੇ ਅਰਸ਼ੇ ਇਲਾਹੀ ਤੇ ਟੁਰ ਗਏ, ਇਹ ਨਬੀ ਪਾਕ ਅਸਮਾਨ ਕਿਵੇਂ ਪਾਰ ਕਰਕੇ ਗਏ ਸਨ? ਮਿਹਰਾਜ ਦੇ ਮੁਨਕਰ ਸਨ ਮੌਲਵੀ ਸਾਹਿਬ। ਬਾਬਾ ਜੀ ਫਰਮਾਨ ਲੱਗੇ, ਮੌਲਵੀ ਜੀ ਨਮਾਜ਼ ਦਾ ਵੇਲਾ, ਨਮਾਜ਼ ਪੜ੍ਹ ਕੇ ਜਵਾਬ ਦਿੰਦੇ। ਨੌਜਵਾਨੋ, ਉਸ ਦਿਨ ਬਾਬਾ ਜੀ ਫਰਮਾਨ ਲੱਗੇ, ਅੱਜ ਨਮਾਜ਼ ਮੈਂ ਆਪ ਪੜਾਵਾਂਗਾ। ਮੁਸੱਲੇ ਤੇ ਗਲੋ ਕੇ ਨਾ ਜਦੋਂ ਇਕਾਮਤ ਪੜੀ ਗਈ ਤੇ ਬਾਬਾ ਜੀ ਮੁੜ ਕੇ ਮੌਲਵੀ ਸਾਹਿਬ ਫਰਮਾਉਂਦੇ ਨੇ, ਮੌਲਵੀ ਜੀ ਨਮਾਜ਼ ਜ਼ਰਾ ਧਿਆਨ ਨਾਲ ਪੜਿਆ ਜੇ, ਨਮਾਜ਼ ਜ਼ਰਾ ਧਿਆਨ ਨਾਲ ਪੜਿਆ ਜੇ। ਦਰਿਆਏ ਅਟਕ ਸਾਹਮਣੇ ਚੱਲ ਰਿਹਾ, ਦਰਿਆਏ ਅਟਕ ਦੇ ਕਿਨਾਰੇ ਜਿਹੜੇ ਵੇਲੇ ਤਕਬੀਰੇ ਤਹਿਰੀਮਾ ਪੜੀ ਬਾਬਾ ਜੀ ਨੇ, ਕਿਰਾਤ ਕਰਕੇ ਜਦੋਂ ਰੁਕੂ ਚ ਗਏ, ਜਦੋਂ ਚਾਰੇ ਰਕਾਤਾਂ ਦੇ ਬਾਅਦ ਬਾਬਾ ਜੀ ਨੇ ਸਲਾਮ ਫੇਰਿਆ ਨਾ, ਤੇ ਉਹ ਮੌਲੀ ਸਾਹਿਬ ਵੇਖ ਕੇ ਹੈਰਾਨ ਰਹਿ ਗਏ ਕਿ ਜਦੋਂ ਨਮਾਜ਼ ਸ਼ੁਰੂ ਕੀਤੀ ਸੀ ਦਰਿਆਏ ਅਟਕ ਸਾਹਮਣੇ ਪਿਆ ਚੱਲਦਾ ਸੀ, ਜਦੋਂ ਨਮਾਜ਼ ਦਾ ਸਲਾਮ ਫੇਰੇ ਤੇ ਦੁਆਏ ਅਟਕ ਪਿੱਛੇ ਤੇ ਇਹ ਪਾਰ। ਬਾਬਾ ਜੀ ਸਰਕਾਰ ਹੱਸ ਕੇ ਫਰਮਾਉਂਦੇ ਨੇ, ਮੌਲਵੀ ਜੀ ਇਹ ਦਰਿਆਏ ਅਟਕ ਤੁਸੀਂ ਨਮਾਜ਼ ਦੇ ਵਿੱਚ ਕਿਵੇਂ ਪਾਰ ਕੀਤਾ ਤੋਂ ਪਤਾ ਲੱਗਿਆ? ਕਹਿੰਦਾ ਨਹੀਂ, ਫਰਮਾਇਆ ਬਸ ਹਜ਼ੂਰ ਵੀ ਐਵੇਂ ਹੀ ਪਾਰ ਗਏ ਸਨ। ਵਾਰਸ ਜ਼ਮੀਨ ਦੇਣ, ਉੱਚਾ ਬੋਲੋ ਮੋਤੀਆਂ ਵਾਲੀ ਸਰਕਾਰ। ਮੀਆਂ ਸਾਹਿਬ ਰਹਿਮਤੁਲਾਹ ਅਲੈਹ ਫਰਮਾਉਂਦੇ ਨੇ, ਜੇ ਰੱਬ ਦਿਲ ਦੀਆਂ ਅੱਖੀਆਂ ਨੇੜੇ ਕਿਆ ਦੂਰ,
ਦੀ ਨਮਾਜ਼ ਦਾ ਵੇਲਾ ਤੇ ਹਜ਼ਰਤ ਪੀਰ ਜਮਾਤ ਅਲੀ ਸ਼ਾਹ ਸਾਹਿਬ ਮੁਹੱਦਿਸ ਅਲੀ ਪੂਰੀ ਰਹਿਮਤੁੱਲਾਹ ਅਲੈਹ ਆਪਣੀ ਅੰਮੀ ਨੂੰ ਕਹਿੰਦੇ ਨੇ ਅੰਮਾ ਜੀ ਇਜਾਜ਼ਤ ਹੋਵੇ ਤੇ ਚੂਰਾ ਸ਼ਰੀਫ ਪੀਰਾਂ ਨੂੰ ਮਿਲਵਾਂ, ਪੀਰਾਂ ਕੋਲ ਜਾਇਆ ਕਰੋ। ਸੂਫੀਆ ਫਰਮਾਂਦੇ ਨੇ, ਤਵੱਜੋ ਹੈ, ਸੂਫੀਆ ਫਰਮਾਂਦੇ ਨੇ, ਨਾਰੇ ਤਕਬੀਰ, ਨਾਰੇ ਰਿਸਾਲਤ, ਨਾਰੇ ਰਿਸਾਲਤ, ਨਾਰੇ ਰਿਸਾਲਤ, ਕੀ ਮੁਹੰਮਦ ਸੇ ਵਫਾ ਤੂਨੇ ਤੋ ਹਮ ਤੇਰੇ ਹੈ, ਕੀ ਮੁਹੰਮਦ ਸੇ ਵਫਾ ਤੂਨੇ ਤੋ ਹਮ ਤੇਰੇ ਹੈ, ਯੇ ਜਹਾਂ ਚੀਜ਼ ਹੈ ਕਿਆ, ਲੋਹੋ ਕਲਮ ਤੇਰੇ ਹੈ। ਮਿਲ ਕੇ ਜ਼ਰਾ ਲਗਾਓ ਨਾਰਾ ਮੁਹੰਮਦ ਕੇ ਗੁਲਾਮ ਬਣ ਕੇ, ਨਾਰਾ ਰਿਸਾਲਤ, ਹੱਥ ਚੁੱਕ ਕੇ ਬੋਲੋ ਨਾਰਾ ਰਿਸਾਲਤ, ਨਾਰਾ ਰਿਸਾਲਤ, ਤਾਜਦਾਰ ਖਤਮੇ ਨਬੂਵਤ। ਇੰਜ ਬੋਲੋ ਜਿਵੇਂ ਖਾਤਮੇ ਹੁਸੈਨ ਰਿਜ਼ਵੀ ਬੋਲਿਆ। ਇੱਕ ਵਾਰੀ ਬੋਲੋ ਸਾਰੇ ਜ਼ਰਾ ਲਬੈਕ ਦਾ ਐਸਾ ਨਾਰਾ ਲਾਓ ਦੀਵਾਰਾਂ ਗਵਾਹ ਹੋ ਜਾਣ। ਚੁੱਕੋ ਹੱਥ ਦੋਵੇਂ, ਉਠਾਈਏ ਨਾ ਨਾ ਦੋਵੇਂ ਹੱਥ ਚੁੱਕ ਕੇ ਜ਼ਰਾ ਬੁਲੰਦ ਆਵਾਜ਼ ਮੇਂ ਲਬੈਕ ਕੀ ਸਦਾ, ਮੁਨਕਰ ਕਾ ਸੀਨਾ ਫਟ ਜਾਏ, ਮਿਲ ਕੇ ਲਬੈਕ 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 ਯਾ ਰਸੂਲ ਅੱਲਾ ਲਬੈਕ ਲਬੈਕ। ਇਜਾਜ਼ਤ ਹੋਵੇ ਤੇ ਪੀਰਾਂ ਨੂੰ ਮਿਲਾਵਾਂ। ਮਾਂ ਜੀ ਰੋਟੀਆਂ ਪੇ ਪਕਾਉਂਦੇ ਸਨ, ਕਹਿਣ ਲੱਗੇ ਸ਼ਾਹ ਜੀ ਰੋਟੀ ਖਾ ਕੇ ਜਾਇਆ ਜੀ। ਅਰਜ਼ ਕੀਤੀ ਅੰਮੀ ਜੀ ਸਫ਼ਰ ਬੜਾ ਦੁਰਾਡੇ ਤੇ ਇਜਾਜ਼ਤ ਦਿਓ ਤੇ ਕਿਧਰੇ ਰਸਤੇ ਚ ਨਾ ਖਾ ਲਵਾਂ। ਮਾਂ ਇਜਾਜ਼ਤ ਦਿੱਤੀ ਤੇ ਪੀਰ ਜਮਾਤ ਅਲੀ ਸ਼ਾਹ ਚਾਹੋ ਤਾਂ ਟੂਰੇ 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 ਚੂਰਾ ਸ਼ਰੀਫ ਚਲੇ ਗਏ। ਅਲੀਪੁਰ ਸੈਯਦਾਂ ਜ਼ਿਲ੍ਹਾ ਨਾਰੋਵਾਲ ਦੇ ਅੰਦਰ ਤੇ ਜ਼ਿਲ੍ਹਾ ਅਟਕ ਦੇ ਅੰਦਰ ਚੂਰਾ ਸ਼ਰੀਫ। ਜਦੋਂ ਚੂਰਾ ਸ਼ਰੀਫ ਪਹੁੰਚੇ, ਚੂਰਾ ਸ਼ਰੀਫ ਦੇ ਬਾਹਰ ਇੱਕ ਪਾਣੀ ਦਾ ਨਾਲ ਹੈ, ਉਸ ਇਲਾਕੇ ਦੀ ਜ਼ੁਬਾਨ ਚ ਉਹਨੂੰ ਕੱਸੀ ਕਹਿੰਦੇ ਸੀ। ਚੂਰਾ ਸ਼ਰੀਫ ਤੋਂ ਤਕਰੀਬਨ ਕਿਲੋਮੀਟਰ ਡੇਢ ਕਿਲੋਮੀਟਰ ਦੂਰ ਪਾਣੀ ਦਾ ਨਾਲ ਹੈ। ਅਜੇ ਪੀਰ ਜਮਾਤ ਅਲੀ ਸ਼ਾਹ ਸਾਹਿਬ ਕੱਸੀ ਤੇ ਪਹੁੰਚੇ ਤੇ ਇਧਰੋਂ ਹਜ਼ੂਰ ਬਾਬਾ ਜੀ ਸਰਕਾਰ ਤਾਜਦਾਰੇ ਚੂਰਾ ਸ਼ਰੀਫ ਵੀ ਕੱਸੀ ਤੇ ਆ ਗਏ। ਮੁਰੀਦ ਨੇ ਮੁਰਸ਼ਦ ਦੀ ਜ਼ਿਆਰਤ ਤੇ ਕਦਮ ਬੋਸੀ ਕੀਤੀ ਤੇ ਬਾਬਾ ਜੀ ਫਰਮਾਉਂਦੇ ਨੇ ਜਮਾਤ ਅਲੀ ਭੁੱਖ ਲੱਗੀ ਆ। ਅਰਜ਼ ਕਰਦੇ ਨੇ ਹਜ਼ੂਰ ਭੁੱਖ ਤੇ ਬੜੀ ਲੱਗੀ ਹੈ। ਬਾਬਾ ਜੀ ਬਗਲ ਚ ਦੋ ਗਰਮ ਗਰਮ ਰੋਟੀਆਂ ਨਿਕਾਲ ਕੇ ਫਰਮਾਨ ਲੱਗੇ, ਲੈ ਜਮਾਤ ਅਲੀ ਰੋਟੀ ਖਾ ਲੈ। ਪੀਰ ਜਮਾਤ ਅਲੀ ਸ਼ਾਹ ਫਰਮਾਉਂਦੇ ਨੇ ਮੈਂ ਰੋਟੀ ਖਾਈ ਜਾਵਾਂ, ਕੱਸੀ ਦਾ ਪਾਣੀ ਪੀ ਵੀ ਜਾਵਾਂ, ਖਿਆਲ ਆਇਆ ਤੇ ਚੁੱਲ੍ਹਾ ਕੋਈ ਨੀ, ਤੰਦੂਰ ਕੋਈ ਨਹੀਂ, ਬਾਬਾ ਜੀ ਘਰਾਂ ਰੋਟੀਆਂ ਕਿੱਥੇ ਲੈ ਆਏ। ਬਾਬਾ ਜੀ ਫਰਮਾਉਂਦੇ ਨੇ ਜਮਾਤ ਅਲੀ ਕੀ ਪਿਆ ਸੋਚਣਾ ਹੈ, ਅਰਜ਼ ਕੀਤੀ ਲਾਜਪਾਦਾ ਸੋਚਣਾ ਘਰਾਂ ਰੋਟੀਆਂ ਕਿੱਥੇ ਆ ਗਈਆਂ, ਫਰਮਾ ਚੁੱਪ ਕਰਕੇ ਖਾਈ ਜਾਓ, ਜਿਹੜੀਆਂ ਮਾਂ ਦੀਆਂ ਪੱਕਦੀਆਂ ਛੱਡ ਆਇਆ ਸੈ ਮੈਂ ਆਈ ਜਾ ਕੇ ਲੈ। ਇਹਨਾਂ ਵਾਸਤੇ ਦੂਰ ਤੇ ਨੇੜੇ ਮੁੱਕ ਜਾਂਦੇ ਨੇ। ਹਾਂ, ਜੇ ਰੱਬ ਦਿਲ ਦੀਆਂ ਅੱਖੀਆਂ ਦੇਵੇ ਚਾਨਣ ਲਾਵੇ ਨੂਰੋਂ, ਵਲੀਆਂ ਨੂੰ ਹਰ ਸ਼ੈ ਨਜ਼ਰੀ ਆਵੇ, ਕਿਆ ਨੇੜੇ ਕਿਆ ਦੂਰ। ਇਹਨਾਂ